ਸਰ ਇੱਥੇ ਪਹਿਲਾਂ ਤਾਂ ਸ਼ਾਹਪੁਰ ਪਿੰਡ ਦੇ ਵਿੱਚ ਦੋ ਮੌਤਾਂ ਹੋਈਆਂ ਜਵਾਨ ਦੀਆਂ ਮੌਤਾਂ ਹੋਈਆਂ, ਹਾਲੇ ਤਾਂ ਸੇਵਾ ਵੀ ਨਹੀਂ ਠੰਡਾ ਹੋਇਆ। ਆਹ ਟਿੱਪਰਾਂ ਦੇ ਹਾਲਾਤ ਦੇਖ ਲਓ, ਪੰਜਾਬ ਪੁਲਿਸ ਦਾ ਕੋਈ ਮਹਿਕਮੇ ਵਾਲਾ ਬੰਦਾ ਨਹੀਂ ਪੁੱਛਿਆ। ਇੱਕ ਸਾਡੇ ਮੁਲਾਜ਼ਮ ਹੈਗੇ ਜਿਹੜੇ ਵਿਚਾਰੇ ਦਿਨ ਔਰ ਰਾਤ ਨੂੰ ਡਿਊਟੀ ਕਰਦੇ ਆ, ਔਰ ਉਹ ਆਪਣੇ ਟਾਈਮ ਤੋਂ ਬਾਅਦ ਵੀ ਡਿਊਟੀ ਕਰਦੇ ਆ, ਇਹ ਟਾਈਮ ਵੀ ਉਹ ਸਾਡੇ ਕੋਲ ਆ ਕੇ ਖੜ੍ਹੇ ਆ। ਇਹ ਟਿੱਪਰਾਂ ਵਾਲੇ ਬਦਮਾਸ਼ੀ ਕਰਦੇ ਆ, ਧੱਕਾ ਕਰਦੇ ਆ। ਆਹ ਬੱਸ ਦਾ ਦੇਖ ਲਓ, ਬੱਸ ਨੂੰ ਲੰਘਣ ਨਹੀਂ ਦਿੱਤਾ, ਟਿੱਪਰ ਨਾਲ ਲਾਤਾ ਉਹਨੇ, ਉਹ ਟਿੱਪਰ ਨਾਲ ਲਾਤਾ, ਬੰਦੇ ਨੇ ਮੋਹਰੇ ਹੋ ਕੇ ਉਹਨੂੰ ਡਰਾਈਵਰ ਨੂੰ ਰੋਕਿਆ, ਤਾਂ ਉਹ ਰੁਕਿਆ ਜੀ। ਜਵਾਨ ਪੁੱਤ ਦੀ ਮੌਤ ਹੋਈ, ਇੱਥੇ ਮੁੰਡਾ ਬਿਮਾਰ ਪਿਆ, ਕਿਸੇ ਨੇ ਆ ਕੇ ਪੁੱਛਿਆ ਨਹੀਂ, ਦੋ ਸਿਰ ਦੇ ਆਪਰੇਸ਼ਨ ਹੋ ਗਏ, ਗਰੀਬ ਪਰਿਵਾਰ ਆ, ਕਿਸੇ ਨੇ ਬਾਤ ਨਹੀਂ ਪੁੱਛੀ, ਕਿਸੇ ਨੇ ਹੈਲਪ ਨਹੀਂ ਕੀਤੀ ਉਹਨਾਂ ਦੀ। ਇੱਧਰ ਜਵਾਨ ਪੁੱਤਾਂ ਦੀਆਂ ਮੌਤਾਂ ਹੋਈਆਂ, ਮਾਵਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਕੀ ਹਾਲਾਤ ਆ, ਔਰ ਟਿੱਪਰਾਂ ਵਾਲਿਆਂ ਦੇ ਹਾਲਾਤ ਦੇਖ ਲਓ, ਕੋਈ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ, MLA ਰੋੜੀ ਸਾਹਿਬ ਨੂੰ ਕੋਈ ਫਿਕਰ ਨਹੀਂ ਹੈਗਾ ਇਹਨਾਂ ਪਿੰਡਾਂ ਦਾ, ਔਰ ਉਹਨਾਂ ਨੂੰ ਆਪਣੇ ਟਿੱਪਰਾਂ ਤੱਕ ਮਤਲਬ ਆ ਵੀ ਮੇਰੇ ਟਿੱਪਰ ਲੰਘਣ ਮੈਨੂੰ ਮਹੀਨੇ ਆਉਣ, ਉਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਇਹਨਾਂ ਨੇ ਕਹਿਣਾ ਕਿ ਐਂਟੀ ਪਾਰਟੀ ਵਾਲੇ, ਐਂਟੀ ਪਾਰਟੀ ਦਾ ਕੋਈ ਮਤਲਬ ਨਹੀਂ, ਆਹ ਸਾਰੇ ਲੋਕ ਇਸ ਗੱਲ ਦੀ ਗਵਾਹੀ ਭਰਦੇ ਆ, ਜੋ ਮੈਂ ਗੱਲ ਕਹਿੰਦਾ ਉਹ ਕਹਿੰਦੇ, ਪੁੱਛੋ ਇਹਨਾਂ ਨੂੰ ਸਾਰਿਆਂ ਨੂੰ, ਦਸ MLA ਰੋੜੀ ਸਾਹਿਬ ਨੂੰ, ਕਿ ਆ ਕੇ ਟਿੱਪਰ ਵਾਲਿਆਂ ਨੂੰ ਨੱਥ ਪਾਉਣ। ਠੀਕ ਆ ਤੁਹਾਡੀ ਸਰਕਾਰ ਆ, ਪਰ ਇੰਨੀ ਧੱਕੇਸ਼ਾਹੀ ਚੰਗੀ ਨਹੀਂ ਹੁੰਦੀ, ਇੰਨੀ ਧੱਕੇਸ਼ਾਹੀ ਚੰਗੀ ਨਹੀਂ ਹੁੰਦੀ। ਜੇ ਪਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ, ਤੁਹਾਨੂੰ ਨੁਮਾਇੰਦਾ ਬਣਾਇਆ, ਮੰਤਰੀ ਬਣਾਇਆ, ਇਹਨਾਂ ਪਿੰਡਾਂ ਵਾਲਿਆਂ ਦਾ ਸਾਥ ਦੇਵੋ। 35-35 ਫੁੱਟ ਟੋਏ ਪੈ ਗਏ, ਕੋਈ ਸਰਕਾਰ ਨੇ ਇਹਨਾਂ ਦੀ ਬਾਂਹ ਨਹੀਂ ਫੜੀ ਹੈਗੀ ਲੋਕਾਂ ਦੀ। ਧੱਕੇਸ਼ਾਹੀ ਕਰਦੇ ਆ ਟਿੱਪਰਾਂ ਵਾਲੇ ਉੱਪਰ, ਉਹ ਕਹਿੰਦੇ ਕਿ ਇਹਨਾਂ ਪਿੰਡਾਂ ਵਾਲਿਆਂ ਦਾ ਹਾਲਾਤ ਇਹੀ ਆ, ਇਹ ਜਾਣ ਕੇ ਕਰਦੇ ਆ। ਸਰ 6:30 ਨਿਕਲੇ, 6:30 ਪੌਣੇ 7 ਦਾ ਪਹਿਲਾ ਟਾਈਮ ਹੈ ਜੀ, ਅਤੇ ਮੈਂ ਸਕੂਲੋਂ ਕੱਢੀ ਆ ਗੱਡੀ, ਆ ਟਿੱਪਰ ਵਾਲੇ ਮੈਨੂੰ ਹੱਥ ਦਿੱਤਾ ਕਿ ਗੱਡੀ ਰੋਕ ਲਾ, 6:30 ਦਾ ਮੇਰਾ ਟਾਈਮ ਆ ਜੀ, ਇਹਨੇ ਟਿੱਪਰ ਨਹੀਂ ਰੋਕਿਆ, ਮੇਰਾ ਨਾਲ ਦਾ ਡਰਾਈਵਰਾਂ ਨੇ ਹੱਥ ਮਾਰ ਕੇ ਰੋਕਿਆ, ਫਿਰ ਵੀ ਰੁਕਿਆ ਨਹੀਂ, ਹੁਣ ਉਹ ਵਿੱਚ ਹੈ ਨੀਗਾ, ਉਲਟੇ ਗਾਲਾਂ ਕੱਢਦੇ, ਕਹਿੰਦੇ ਇਹਨਾਂ ਸਾਲਿਆਂ ਪਿੰਡ ਵਾਲਿਆਂ ਦਾ ਕੰਮ ਇਹੀ ਹੈ। ਇਹਦੇ ਟਰਾਂਸਪੋਰਟ ਵਾਲੇ ਸੀ, ਇਹ ਕੁੱਕੀ ਕਾਲੇ ਵਾਲੇ ਸੀਗੇ ਜੀ, ਉਹ ਬੰਦਾ ਆ ਕੇ ਗਿਆ ਨਾ ਸਾਰੇ ਸਾਹਮਣੇ ਬਹਿਸ ਕੇ ਗਿਆ ਹੁਣੇ ਮਾਲਕ। ਹੁਣ ਹਾਂਜੀ ਸਮੱਸਿਆ ਟਿੱਪਰਾਂ ਦੀ ਹੈ ਜੀ, ਨਾ ਦਿਨ ਨੂੰ ਦੇ ਦਿਆ, 6:30 ਨੂੰ ਐਂਟਰੀ ਹੈ ਜੀ, ਇਹ ਹੁਣ ਤੱਕ ਇੱਥੇ ਕੀ ਕਰਦੇ ਆ ਜੀ, ਦਿਨ ਨੂੰ ਟਿੱਪਰ ਬੰਦ ਹੋਣੇ ਚਾਹੀਦੇ, ਰਾਤ ਨੂੰ ਜਿੱਦਾਂ ਮਰਜ਼ੀ। ਮੇਰਾ ਨਾਮ ਬਲਵੀਰ ਸਿੰਘ ਜੀ, ਪਿੰਡ ਮੇਰਾ ਸ਼ਾਹਪੁਰ ਹੈ, ਸਹੀ ਹੈ ਜੀ। ਅਤੇ ਇਸ ਰੋਡ 'ਤੇ ਟਿੱਪਰ ਵਾਲੇ ਦਿਨ ਰਾਤ ਸਾਨੂੰ ਪਰੇਸ਼ਾਨ ਕਰਦੇ, ਮੇਰੇ ਮੁੰਡੇ ਦੀ ਖੁਦ ਦੀ ਮੌਤ ਹੋ ਗਈ ਜੀ। ਸਹੀ ਗੱਲ ਕਿ ਨਹੀਂ, ਇਸ ਵੇਲੇ ਤੁਸੀਂ ਦੇਖੋ ਇਹ ਸਕੂਲ ਦੇ ਵਿੱਚ ਕਿੰਨੇ ਬੱਚੇ ਸੀਗੇ, ਇਹ ਬੰਦੇ ਨੂੰ ਸਮਝਦੇ ਕੱਖ ਨਹੀਂ ਹੈ ਟਿੱਪਰਾਂ ਵਾਲੇ ਜੀ। ਦਿਨ ਰਾਤ ਇੱਥੋਂ ਤੁਸੀਂ ਸਪੀਡ ਇਹਨਾਂ ਦੀ ਚੈੱਕ ਕਰੋ, ਇੱਥੋਂ ਅੱਡੇ ਦੇ ਵਿੱਚੋਂ ਹੀ ਹਨੇਰੀ ਵਾਂਗੂ ਜਾਂਦੇ ਹੈ। ਦੁਖੀ ਕੀਤਾ ਪਿਆ ਇਹਨਾਂ ਨੇ ਸਾਡੇ ਪਿੰਡ ਵਾਲਿਆਂ ਨੂੰ, ਦੋ ਇੱਕ ਮੇਰੇ ਚਾਚੇ ਦੇ ਮੁੰਡੇ ਦੀ ਮੌਤ ਹੋ ਗਈ, ਇੱਕ ਮੇਰੇ ਖੁਦ ਮੁੰਡੇ ਦੀ ਮੌਤ ਹੋਈ ਇਹਨਾਂ ਟਿੱਪਰਾਂ ਥੱਲੇ ਆ ਕੇ, ਇੰਨੇ ਦੁਖੀ ਕੀਤਾ ਇਹਨਾਂ ਨੇ। ਆਏ SBS ਸਕੂਲ ਕੋਲ ਸ਼ਾਹਪੁਰ, ਟਰੱਕਾਂ ਦਾ ਜਾਮ ਲੱਗਿਆ ਸੀ, ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉੱਥੇ ਤੁਰੰਤ ਪਹੁੰਚ ਗਏ, ਅਤੇ ਅਸੀਂ ਸੀਨੀਅਰ ਅਫਸਰਾਂ ਨੂੰ ਵੀ ਸੂਚਿਤ ਕਰ ਦਿੱਤਾ, ਜਿਹੜਾ ਅਸੀਂ ਜਾਮ ਨੂੰ ਖੁਲਵਾ ਰਹੇ ਹਾਂਗੇ, ਅਤੇ ਬਾਕੀ ਜੋ ਬਣਦੀ ਕਾਰਵਾਈ ਕੀਤੀ ਆ। ਸਾਰੇ ਜਿਹੜੇ ਓਵਰਲੋਡ ਟਿੱਪਰ ਸੀ, ਇਹ 7 ਵਜੇ ਤੋਂ ਪਹਿਲਾਂ ਸਾਰੇ ਮੁਕੰਮਲ ਬੰਦ ਕੀਤੇ ਹੋਏ, ਅੱਜ ਇਹ ਕੋਈ ਪ੍ਰੋਬਲਮ ਕਰਕੇ ਆਏ ਹੈ ਵੀ 7 ਵਜੇ ਤੋਂ ਪਹਿਲਾਂ ਕੋਈ ਟਿੱਪਰ, 7 ਵਜੇ ਤੋਂ ਬਾਅਦ ਕੋਈ ਭਰਿਆ ਹੋਇਆ ਟਿੱਪਰ ਨਹੀਂ ਆਉਂਦਾ ਸ਼ਹਿਰ ਨੂੰ। ਸੀਨੀਅਰ ਅਫਸਰਾਂ ਨੂੰ ਜੋ ਕਾਰਵਾਈ ਬਣਦੀ ਹੋਊਗੀ ਉਹ ਕੀਤੀ ਜਾਊਗੀ।